ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਜਿੱਦੜ ਇੱਕ ਪਾਸੇ ਕਿਸਾਨ ਅੰਦੋਲਨ ਤੇਜ਼ੀ ਨਾਲ ਲੱਗੇ ਵੱਧ ਰਿਹਾ ਹੈ ਉੱਥੇ ਨਾਲ ਦੇ ਨਾਲ ਠੰਡ ਵੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਅੱਜ ਬਹੁਤ ਠੰਡ ਹੈ ਠੰਡ ਦੇ ਵਿੱਚ ਵੀ ਜੋ ਕਿਸਾਨ ਅੰਦੋਲਨ ਵਿੱਚ ਡਟੇ ਹੋਏ ਨੇ ਉਹਦੇ ਨਾਲ ਦੀ ਨਾਲ ਹੋਰ ਹੌਸਲਾ ਬਲੰਦ ਹੋ ਰਿਹਾ ਹੈ ਕਾਫਲਾ ਘਟਣ ਦੀ بجائے ਕਾਫਲਾ ਵੱਧ ਰਿਹਾ ਹੈ ਅਸੀਂ ਦੇਖ ਰਿਹਾ ਕਿ ਬਹੁਤ ਜ਼ਰਾ ਧੁੰਦ ਆ ਔਰ ਜੋ ਇਹ ਕਿਸਾਨ ਪਰਿਵਾਰ ਜੋ ਆਏ ਹੋਏ ਨੇ ਬੀਬੀਆਂ ਭੈਣਾ ਵੀਰ ਔਰ ਲਗਾਤਾਰ ਉਸੇ ਤਰ੍ਹਾਂ ਹੀ ਸੇਵਾ ਕਰ ਰਹੇ ਨੇ ਸ਼ਾਇਦ ਇਹ ਕਹਿ ਸਕਦੇ ਹਾਂ ਉਸ ਤੋਂ ਵੱਧ ਆਪਣਾ ਰੋਲ ਨਿਭਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੰਗਰ ਪੱਕ ਰਿਹਾ ਓਪਨ ਦੇ ਵਿੱਚ ਲਗਾਤਾਰ ਜਿੰਨੇ ਦਿਨ ਵੀ ਇੱਥੇ ਹੋ ਗਏ ਨੇ 17-18 ਦਿਨ ਹੋ ਗਏ ਨੇ ਲਗਾਤਾਰ ਲੰਗਰ ਦੀ ਸੇਵਾ ਚੱਲ ਰਹੀ ਹੈ ਹਰ ਪਰਿਵਾਰ ਦੇ ਵੱਲੋਂ ਹਰ ਇੱਕ ਦਾਨੀ ਸੱਜਣ ਵੱਲੋਂ ਔਰ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਹੋ ਰਹੀ ਕਾਫੀ ਇੱਥੇ ਪਰਿਵਾਰ ਆਪਸ ਦੇ ਵਿੱਚ ਆ ਕੇ ਰਲ ਮਿਲ ਕੇ ਰੋਟੀ ਪਕਾਉਂਦੇ ਆ ਨਾਲ ਦੀ ਨਾਲ ਜੋ ਸਾਰਾ ਦਿਨ ਪੰਡਾਲ ਵਿੱਚ ਜੋ ਬਲਾਰੇ ਬੋਲ ਕੇ ਜਾਂਦੇ ਆ ਹਸਤੀਆਂ ਬੋਲ ਕੇ ਜਾਂਦੀਆਂ ਨੇ ਉਹਨਾਂ ਬਾਰੇ ਵੀ ਚਰਚਾ ਕਰਦੇ ਨੇ ਔਰ ਆਉਣ ਵਾਲੀ ਨੀਤੀ ਜੋ ਕੇਂਦਰ ਸਰਕਾਰ ਬੋਲਣਾ ਚਾਹੁੰਦੀ ਹੈ ਉਹਦੇ ਬਾਰੇ ਵੀ ਕਾਫੀ ਡਿਸਕਸ਼ਨ ਕਰਦੇ ਨੇ ਨਾਲ ਦੀ ਨਾਲ ਸੇਵਾ ਕਰਦੇ ਨੇ ਨਾਲ ਦੀ ਨਾਲ ਸਿਮਰਨ ਵੀ ਕਰਦੇ ਨੇ ਤੁਸੀਂ ਇੱਕ ਵਾਰੀ ਇਹ ਮਾਹੌਲ ਦੇਖ ਸਕਦੇ ਹੋ ਕਿ ਜਿਨੀ ਠੰਡ ਵੱਧ ਰਹੀ ਹੈ ਉਸ ਦੇ ਨਾਲ ਨਾਲ ਇਹਨਾਂ ਦਾ ਜੋਸ਼ ਹੋਰ ਵੱਧ ਰਿਹਾ ਹੌਸਲਾ ਹੋਰ ਵੱਧ ਰਿਹਾ ਔਰ ਲਗਾਤਾਰ ਇਸ ਅੰਦੋਲਨ ਦੇ ਵਿੱਚ ਕਾਫੀ ਸ਼ਰਾਰਤੀ ਅੰਸਰ ਆਂਦੀ ਕੋਸ਼ਿਸ਼ ਕਰਦੇ ਆ ਪਰ ਜਿੰਨੇ ਵੀ ਕਿਸਾਨ ਆਗੂ ਨੇ ਉਹ ਸੂਝ-ਬੂਝ ਨਾਲ ਕੰਮ ਲੈ ਰਹੇ ਨੇ ਕਿਸੇ ਵੀ ਤਰੀਕੇ ਦੀ ਜੋਸ਼ ਨਹੀਂ ਅਸੀਂ ਵਰਤ ਰਹੇ ਹੋਸ਼ ਨਾਲ ਹੀ ਕੰਮ ਕਰ ਰਹੇ ਨੇ ਔਰ ਜੇ ਅਸੀਂ ਗੱਲ ਕਰੀਏ ਜੋ ਇੱਥੇ ਸੇਵਾ ਕਰ ਰਹੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡੋਂ ਆਏ ਜੀ ਮੈਂ ਜੀ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਨਣੋਵਾਲ ਵੇਦ ਪਿੰਡ ਤੋਂ ਆਈ ਆ ਅੱਜ ਠੰਡ ਬਹੁਤ ਜ਼ਿਆਦਾ ਵੱਧ ਗਈ ਪਰ ਫਿਰ ਵੀ ਲਗਾਤਾਰ ਹੌਸਲੇ ਵੱਧ ਰਹੇ ਆ ਮਤਲਬ ਕਿ ਕਿਸੇ ਵੀ ਤਰੀਕੇ ਦੀ ਢਿੱਲ ਨਹੀਂ ਹੋ ਰਹੀ ਬਿਲਕੁਲ ਦੇਖੋ ਜੀ ਹੌਸਲੇ ਦਾ ਆਪਣੀ ਲੜਾਈ ਲੜ ਰਹੇ ਆ ਹੌਸਲੇ ਟਾ ਕੇ ਤਾਂ ਕੁਝ ਨਹੀਂ ਬਣਨਾ ਹੌਸਲੇ ਤਾਂ ਵਧਾਉਣਾ ਹੀ ਬਣਿਆ ਸਰ ਲਗਾਤਾਰ ਸੰਕਟਾ ਹੋਰ ਵੱਧ ਰਹੀਆਂ ਕਿਸੇ ਤਰੀਕੇ ਦੀ ਢਿੱਲ ਨਹੀਂ ਹੋ ਰਹੀ ਔਰ ਕਿਸਾਨ ਡਟੇ ਹੋਏ ਆ ਠੰਡ ਵੱਧ ਰਹੀ ਆ ਪਰ ਜਿਹੜੇ ਸਾਡੇ ਹੌਸਲੇ ਨੇ ਹੋਰ ਕੰਮ ਬਿਲਕੁਲ ਦੇਖੋ ਜਿੱਦਾਂ ਜ਼ਿੰਮੇਵਾਰੀ ਆਪਣੀ ਸਮਝਦੇ ਹੋਏ ਹੌਸਲੇ ਢਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਜਿੰਨਾ ਅਸੀਂ ਆਪਣਾ ਏਕਾ ਔਰ ਜਿੰਨੀ ਅਸੀਂ ਆਪਣਾ ਹੌਸਲਾ ਦਿਖਾਵਾਂਗੇ ਉਨਾ ਹੀ ਸ਼ਾਇਦ ਸਰਕਾਰ ਨੂੰ ਸਮਝਾਵੇ ਵੀ ਇਹ ਕੰਮ ਨੱਪਣ लायक ਨਹੀਂ ਗੀ ਨੱਪੀ ਨਹੀਂ ਜਾ ਸਕਦੀ ਦਬਾਇਆ ਨਹੀਂ ਜਾ ਸਕਦਾ ਓਕੇ ਔਰ ਮਹੀਨਾ ਵੀ ਉਹ ਚੱਲ ਰਿਹਾ ਹੈ ਬਾਬਾ ਜੀ ਦਸੰਬਰ ਮਹੀਨਾ ਆ ਜਦੋਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ ਜੰਗ ਦੇ ਵਿੱਚ ਆਜਾ ਬਾਬੇ ਗੱਲ ਕਰਦੇ ਆ ਸ਼ਹੀਦ ਹੋਏ ਸੀਗੇ ਮਾਤਾ ਗੁਜਰਕੌਰ ਜੀ ਸਾਕਾ ਸਰਹੰਦ ਜੋ ਹੋਇਆ ਸੀਗਾ ਉਹ ਦਿਨ ਚੱਲ ਰਹੇ ਨੇ ਔਰ ਉਹ ਜਨਾਂ ਦੇ ਵਿੱਚ ਅਸੀਂ ਠੰਡ ਵਿੱਚ ਸੜਕਾਂ ਤੇ ਬੈਠੇ ਆ ਆਪਣੇ ਹੱਕ ਦੀ ਮੰਗ ਕਰ ਰਹੇ ਆ ਸੰਘਰਸ਼ ਲੜ ਰਹੇ ਆ ਜਿਵੇਂ ਤੁਹਾਡੇ ਪਿਤਾ ਦਸ਼ਮ ਪਿਤਾ ਨੇ ਲੜੀਆਂ ਵੀਰ ਜੀ ਇਹ ਠੰਡ ਕੁਛ ਵੀ ਠੰਡ ਨਹੀਂ ਆ ਜੇ ਅਗਰ ਐਦਾ ਇੱਥੇ بارش ਵੀ ਹੋਵੇ ਮੀਂਹ ਵੀ ਪੈਂਦਾ ਹੈ ਨਾ ਤੇ ਸੰਗ ਤਾਂ ਇਸੇ ਤਰ੍ਹਾਂ ਹੀ ਡਟੀਆਂ ਰਹਿਣਗੀਆਂ ਠੀਕ ਨਹੀਂ ਤੇ ਇਸੇ ਤਰ੍ਹਾਂ ਸੰਗਤਾਂ ਦੇ ਹੌਸਲੇ ਬਹੁਤ ਬਲੰਦ ਹੈ ਕਿ ਪੂਰਾ ਸੰਘਰਸ਼ ਸੰਗਤਾਂ ਡਟ ਕੇ ਕਰ ਰਹੀਆਂ ਆ ਜਿਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਦੇਖੋ ਲੰਗਰ ਦਾ ਕਿਸ ਤਰ੍ਹਾਂ ਪ੍ਰਬੰਧ ਹੋ ਰਿਹਾ ਹੈ ਔਰ ਠੰਡ ਤਾਂ ਬਿਲਕੁਲ ਲੱਗੇ ਦੀ ਲੰਗਦੀ ਨਹੀਂ ਇਹ ਤਾਂ ਕੁਛ ਵੀ ਠੰਡ ਨਹੀਂ ਆ ਜੀ ਜੀ ਬਾਬਾ ਜੀ ਲੱਗਦਾ ਸੀਗਾ ਬਾਰਿਸ਼ ਤੋਂ ਬਾਅਦ ਕਿ ਠੰਡ ਵੱਧ ਗਈ ਹੈ ਬਾਰਿਸ਼ ਤੋਂ ਬਾਅਦ ਸੀਗਾ ਲੱਗਦਾ ਸੀਗਾ ਕਿ ਕਿਤੇ ਕਿਤੇ ਨਾ ਕਿਤੇ ਸੰਗਤ ਘਟ ਜੂਗੀ ਪਰ ਇਹ ਡਬਲ ਟ੍ਰिपल ਹੋ ਰਹੀ ਆ ਟਰਾਲੀਆਂ ਸੀਗੀਆਂ ਪਹਿਲਾਂ ਹੁਣ ਕੰਬਾਈਨ ਆ ਰੀਆਂ ਨੇ ਜੀ ਹਜ਼ਾਰਾਂ ਦੀ ਗਿਣਤੀ ਤੋਂ ਲੈ ਕੇ ਗੁਰਗ੍ਰਾਮ ਸਿੰਘ ਜੀ ਤੋਂ ਬਾਅਦ ਸਾਨੂੰ ਇਹ ਪ੍ਰੇਰਨਾ ਮਿਲੀ ਹੈ ਇਹ ਕੰਮ ਕਰਨ ਲਈ ਜਿੱਦਾਂ ਉਹਨੇ ਠੰਡੇ ਮੌਸਮ ਵਿੱਚ ਉਹਨਾਂ ਦੇ ਬੱਚੇ ਰਹੇ ਆ ਉਹ ਤਾਂ ਇਹ ਤਾਂ ਠੰਡ ਕੁਛ ਵੀ ਹੈ ਨਹੀਂ ਕੁਛ ਵੀ ਹੈ ਨਹੀਂ ਉਸ ਹਿਸਾਬ ਦਾ ਉਹਨਾਂ ਦੀ ਉਮਰ ਵੀ ਦੇਖੋ ਦੇਖੋ ਕੀ ਸੀਗੀ ਬਿਲਕੁਲ ਛੋਟੀ ਉਮਰ ਦੇ ਸੀਗੇ 6 ਸਾਲ ਦੇ 9 ਸਾਲ ਦੇ ਉਹਨਾਂ ਦੇ ਸਾਹਮਣੇ ਤੇ ਕੁਝ ਵੀ ਹੈ ਨਹੀਂਗਾ ਬਿਲਕੁਲ ਔਰ ਕਹਿੰਦੇ ਆ ਕਿ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਐਸੀ ਚੀਜ਼ ਹੁੰਦੀ ਹੈ ਕਿ ਆਪਣੇ ਹੱਕ ਲੈਣ ਲਈ ਅਸੀਂ ਡੱਟੇ ਰਹਿੰਦੇ ਹਾਂ ਪਰ ਉਹ ਵੀ ਸ਼ਾਂਤਮਈ ਢੰਗ ਨਾਲ ਅਸੀਂ ਖੜੇ ਹਾਂ ਬਗਾਵਤ ਪੰਜਾਬੀਆਂ ਦੇ ਖੂਨ ਵਿੱਚ ਹੀ ਬਗਾਵਤ ਆ ਜੀ ਜੇ ਸਰਕਾਰਾਂ ਮਤਲਬ ਗਲਤ ਕਰਦੀਆਂ ਸਾਡੇ ਹੱਕ ਸਾਨੂੰ ਮੰਗਣੇ ਆ ਹੱਕ ਮੰਗਿਆ ਨਹੀਂ ਮਿਲਦੇ ਖੋਹਨੇ ਪੈਂਦੇ ਆ ਜਿਸ ਤਰ੍ਹਾਂ ਦੀਆਂ ਸਰਕਾਰਾਂ ਤੇ ਲੋਕਤੰਤ ਲੋਕਤਾਂਤਰ ਦਾ ਤਾਂ ਘਾਣ ਕੀਤਾ ਹੋਇਆ ਐ ਨਹੀਂ ਤਾਂ ਇਸ ਕਰਕੇ ਹੱਕ ਲੈਣ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹੁਣ ਹੱਕ ਲੈ ਕੇ ਹੀ ਜਾਵਾਂਗੇ ਜੀ ਹੁਣ ਹੱਕ ਲੈ ਤੋ ਬਿਨਾ ਨਹੀਂ ਜਾਂਦੇ ਭਾਵੇਂ ਸਾਨੂੰ ਜਿੰਨਾ ਮਰਜੀ ਟਾਈਮ ਇੱਥੇ ਰੁਕਣਾ ਪੈ ਜਾਵੇ ਹੁਣ ਹੱਕ ਲੈ ਕੇ ਜਾਵਾਂਗੇ ਇਹ ਸਵਾਲ ਕਿਉਂਕਿ ਤੁਸੀਂ ਯੂਥ ਹੋ ਕਾਫੀ ਐਕਟਿਵ ਹੋ ਇਸ ਚੀਜ਼ ਦੇ ਵਿੱਚ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਸਾਡਾ ਯੂਥ ਨਾ ਜਾਗਰੂਕ ਨਹੀਂ ਹੈਗਾ ਪਰ ਇਸ ਅੰਦੋਲਨ ਤੋਂ ਬਾਅਦ ਜਿੰਨਾ ਯੂਥ ਜਾਗਰੂਕ ਹੋ ਗਿਆ ਸ਼ਾਇਦ ਹੀ ਕੋਈ ਹੋਰ ਹੋਇਆ ਹੁੰਦਾ ਹਾਂਜੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਯੂਥ ਹੁਣ ਪੂਰਾ ਜਾਗਰੂਕ ਆ ਯੂਥ ਵੀ ਸਾਡੇ ਨਾਲ ਆ ਸਾਰਾ ਬਾਕੀ ਜਿਵੇਂ ਵੱਡੇ ਕਹਿਣਗੇ ਜੁੱਥ ਸੇਮ ਉਹਨਾਂ ਨਾਲ ਉਦਾਂ ਹੀ ਚੱਲ ਰਿਹਾ ਆ ਤੇ ਹੁਣ ਬਸ ਇਹੀ ਆ ਕਿ ਹੁਣ ਅਸੀਂ ਆਪਣਾ ਹੱਕ ਲੈ ਕੇ ਹੀ ਮੁੜਾਂਗੇ ਤੇ ਮੋਦੀ ਨੂੰ ਆਪਣੇ ਫੈਸਲੇ ਵਾਪਸ ਲੈਣੇ ਪੈਣਗੇ ਪੋਗੇ ਔਰ ਕਾਲੇ ਕਾਨੂੰਨ ਜਿਹੜੇ ਆ ਇਹ ਵਾਪਸ ਕਰਨੇ ਪੈਣਗੇ ਉਹਨੂੰ ਤੇ ਅਸੀਂ ਕਰਾ ਕੇ ਹੀ ਜਾਵਾਂਗੇ ਚਾਹੇ ਜਿੰਨਾ ਮਰਜ਼ੀ ਟਾਈਮ ਲੱਗ ਜਾਏ 6 ਮਹੀਨੇ ਦਾ ਰਾਸ਼ਨ ਦੇਖ ਲਓ ਟਰਾਲੀਆਂ ਦੇ ਵਿੱਚ ਪਿਆ ਆ ਤੇ ਬਾਕੀ ਵੀ ਆ ਰਿਹਾ ਆ ਤੇ ਰਾਸ਼ਨ ਦੀ ਕੋਈ ਕਮੀ ਨਹੀਂ ਹੋਊਗੀ ਜਿੰਨਾ ਚਿਰ ਵੀ ਮਰਜ਼ੀ ਲੱਗੇ ਅਸੀਂ ਕਾਨੂੰਨ ਵਾਪਸ ਕਰਾ ਕੇ ਹੀ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤ ਹੈ ਔਰ ਅਸੀਂ ਕਹਿ ਸਕਦੇ ਹਾਂ ਕਿ ਇਹ ਅੰਦੋਲਨ ਇੱਕ ਵਕਰਾ ਰੂਪ ਲੈ ਚੁੱਕਾ ਹੈ ਕਿਉਂਕਿ ਇਹ ਐਸਾ ਅੰਦੋਲਨ ਆ ਜਿੱਥੇ ਵਿੱਚ ਕਿ ਲੰਗਰ ਲੱਗੇ ਹੋਏ ਆ ਜਿਹਦੇ ਵਿੱਚ ਲਗਾਤਾਰ ਹੌਸਲੇ ਡਟੇ ਨੇ ਇਹ ਦੇਖੋ ਛੋਟਾ ਬੱਚਾ ਇੱਕ ਕਿੰਨੇ ਸ਼ਰਧਾ ਦੇ ਨਾਲ ਸੇਵਾ ਕਰ ਰਿਹਾ ਹੈ ਔਰ ਬੱਚੇ ਬਜ਼ੁਰਗ ਨੌਜਵਾਨ ਹਰ ਵਰਗ ਇੱਥੇ ਆਪਣੇ ਹੱਕ ਲਈ ਆਇਆ ਹੈ ਔਰ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਜੀ ਮੈਂ ਜੀ ਮੁਕਸਰ ਜ਼ਿਲ੍ਹੇ ਤੋਂ ਨਾਮ ਰਾਜਵੀਰ ਹੈ ਔਰ სპੋਰਟ ਵਿੱਚ শুটিং ਕੋਚ ਹਾਂ ਮੈਂ ਹਾਂਜੀ ਔਰ ਇੱਥੇ ਮੈਨੂੰ ਦੇਖਣ ਨੂੰ ਬਹੁਤ ਜੋਸ਼ ਮਿਲਿਆ ਅਸੀਂ ਰਾਤੀ ਆਏ ਹਾਂ ਬਟ ਹੁਣ ਅਸੀਂ ਓਨੀ देर ਨਹੀਂ ਜਾਵਾਂਗੇ ਜਿੰਨੀ ਦੇਰ ਅਸੀਂ ਇੱਥੋਂ ਮੋਰਚਾ ਫਤਿਹ ਨਹੀਂ ਕਰਾਂਗੇ ਹਾਂਜੀ ਜਦ ਤੱਕ ਨਹੀਂ ਆਏ ਸੀ ਕਿ ਉਸ ਤੋਂ ਪਹਿਲਾਂ ਮਨ ਚ ਆਉਂਦਾ ਸੀ ਕਿ ਅਸੀਂ ਮੋਰਚਾ ਹਾਂਜੀ ਬਹੁਤ ਆਉਂਦਾ ਸੀਗਾ ਜਦ ਵੀ ਮੈਂ ਦੇਖਦੀ ਸੀ ਨਿਊਜ਼ ਔਰ YouTube ਤੇ ਔਰ ਬੜਾ ਜੋਸ਼ ਆਉਂਦਾ ਸੀਗਾ ਕਿ ਜ਼ਰੂਰ ਜਾਣਾ ਹੈ ਫਿਰ ਅਸੀਂ ਆ ਗਏ ਇੱਥੇ ਪਰ ਹੁਣ ਅਸੀਂ ਨਹੀਂ ਜਾਵਾਂਗੇ ਇੱਥੋਂ ਜਿਵੇਂ ਖਿਡਾਰੀ ਬਹੁਤ ਸਾਰੇ ਮੈਡਲ ਵਾਪਸ ਕਰ ਰਹੇ ਆ ਥੋੜਾ ਇਸ ਬਾਰੇ ਕੀ ਕਹਿਣਾ ਹੈ ਇਹ ਜ਼ਰੂਰ ਹੈ ਜਦ ਤੱਕ ਮੋਰਚਾ ਨਹੀਂ ਫਤਿਹ ਕਰਦੇਗੇ ਸਾਰੇ ਖਿਡਾਰੀਆਂ ਨੂੰ ਜਿੰਨੇ ਵੀ ਹੋਰ ਆ ਜਿੰਨੇ ਵੀ ਅਵਾਰਡ ਉਹਨਾਂ ਨੂੰ ਵਾਪਸ ਕਰਨੇ ਚਾਹੀਦੇ ਆ ਕਿਉਂਕਿ ਕਿਸਾਨਾਂ ਤੋਂ ਬਿਨਾ ਕੁਝ ਵੀ ਨਹੀਂ ਗੇ ਖਿਡਾਰੀ ਵੀ ਕੁਝ ਨਹੀਂ ਗੇ ਕਿਉਂਕਿ ਅੰਨ ਦਾਤਾ ਹੈ ਅੰਨ ਦਾਤੇ ਦੇ ਨਾਲ ਉਹਨਾਂ ਦਾ ਫਰਜ਼ ਹੈ ਇਹਨਾਂ ਦਾ ਸਾਥ ਦੇਣਾ ਇੰਨੀ ਠੰਡ ਹੋ ਚੁੱਕੀ ਆ ਅਸੀਂ ਹਾਂ ਪਾਣੀ ਵਿੱਚ ਹੱਥ ਪਾਉਣ ਤੋਂ ਵੀ ਡਰਦੇ ਆ ਤੁਸੀਂ ਓਪਨ ਦੇ ਵਿੱਚ ਸਾਰੇ ਬੈਠੇ ਹੋ ਖੁੱਲੇ ਚ ਬੈਠੇ ਹੋ ਲੰਗਰ ਤਰ੍ਹਾਂ ਤਰ ਪਕਾ ਰਹੇ ਹੋ ਕਾਫੀ ਸੰਖਤਾ ਖਾਰੀਆਂ ਨੇ ਮਤਲਬ ਸਮਝ ਨਹੀਂ ਆ ਰਿਹਾ ਕਿ ਇਹ ਅੰਦੋਲਨ ਕਿਸ ਤਰੀਕੇ ਦਾ ਰੂਪ ਲੈ ਚੁੱਕਾ ਹੈ ਵਿਸ਼ਵ ਪੱਧਰ ਤੇ ਹਾਂਜੀ ਕਿਉਂਕਿ ਇਹ ਦਸਵੇਂ ਗੁਰੂ ਸਾਹਿਬਾਨ ਦੀਆਂ ਫੌਜਾਂ ਨੇ ਇਹਨਾਂ ਨੂੰ ਠੰਡ ਦੀ ਕੋਈ ਪਰਵਾਹ ਨਹੀਂ ਇਹਨਾਂ ਇਹਨਾਂ ਦਸੰਬਰ ਦੇ ਮਹੀਨੇ ਵਿੱਚ ਹੀ ਸਾਡੇ ਗੁਰੂ ਪੀਰਾਂ ਨੇ ਆਪਣੇ ਪਰਿਵਾਰਾਂ ਦੀਆਂ ਛਿੱਧਾਂ ਦਿੱਤੀਆਂ ਸੀਗਾ ਉਹੀ ਜੋ ਉਹਨਾਂ ਦੀਆਂ ਫੌਜਾਂ ਵਿੱਚ ਆ ਉਹਨਾਂ ਦੇ ਸਿੱਖਾਂ ਵਿੱਚ ਆ ਜੀ ਅਰੇ ਕਦੇ-ਕਦੇ ਟਿੱਪਣੀ ਹੁੰਦੀ ਹੈ ਸਾਡੇ ਤੇ ਸੀ ਆ ਵੱਖਵਾਦੀਆਂ ਅਤਵਾਦੀਆਂ ਔਰ ਕਦੀ ਕਹੇ ਜਾਂਦਾ ਕਿ ਜਿਹੜੀ ਬੀਬੀਆਂ ਆਈਆਂ ਨੇ ਔਰਤਾਂ ਆਈਆਂ ਨੇ ਪੈਸੇ ਲੈ ਕੇ ਆਈਆਂ ਨੇ ਤੁਹਾਨੂੰ ਲੱਗਦਾ ਇਹ ਤਾਂ ਇਹ ਸਿਰਫ ਉਹਨਾਂ ਦੀ ਗਲਤਫਹਿਮੀ ਉਹਨਾਂ ਦੇ ਵਹਿਮ ਹੈ ਇਹੋ ਜਿਹਾ ਕੋਈ ਨਹੀਂ ਇੱਥੋਂ ਹੀ ਇਸੇ ਧਰਤੀ ਤੋਂ ਮਾਈ ਭਾਗੋ ਵਰਗੀਆਂ ਬੀਬੀਆਂ ਨੇ ਜਨਮ ਲਿਆ ਇਹ ਸਾਰੇ ਉਹਨਾਂ ਦੇ ਅੱਗੇ ਵੰਸ਼ਾ ਹੈ ਇਹ ਸਿਰਫ ਉਹਨਾਂ ਦੀ ਗਲਤਫਹਿਮੀ ਹੈ ਇਹ ਮੋਦੀ ਸਰਕਾਰ ਨੂੰ ਬਹੁਤ ਛੇਤੀ ਪਤਾ ਲੱਗ ਹੀ ਜਾਊਗਾ ਕਿ ਕਿਸਾਨਾਂ ਦੇ ਹੌਸਲੇ ਕਿੰਦਾਂ ਦੇ ਬੁਲੰਦ ਨੇ ਜਦੋਂ ਕੰਗਰਾਂ ਦੇ ਦਫ਼ਤਰ ਤੇ ਵਾਰ ਹੋਇਆ ਸੀਗਾ ਬੀਐਮਸੀ ਵੱਲੋਂ ਟਾਇਆ ਗਿਆ ਸੀਗਾ ਦਫ਼ਤਰ ਉਹਦਾ ਉਦੋਂ ਸਭ ਤੋਂ ਵੱਧ ਸਪੋਰਟ ਵਿੱਚ ਪੰਜਾਬੀ ਆਏ ਸੀਗੇ ਪੰਜਾਬੀ ਨੇ ਵੱਦ ਤੋਂ ਵੱਧ ਹਮਾਇਤ ਕੀਤੀ ਸੀ ਕਮੇਦਾਰ ਨਾਉਦ ਦੀ ਪਰ ਉਸ ਤੋਂ ਬਾਅਦ ਵੀ ਚੰਗਣਾ ਨੇ ਇਹਨੇ ਟਿੱਪਣੀਆਂ ਕੀਤੀਆਂ ਭੱਦੀਆਂ ਗੱਲ ਸ਼ਾਂਤ ਹੋ ਗਈ ਸੀ ਕਿ ਕੱਲ ਪਰਸ ਉਹਨਾਂ ਨੇ ਫੇਰ ਸ਼ੁਰੂਆਤ ਕੀਤੀ ਆਪਣੀਆਂ ਟਿੱਪਣੀਆਂ ਕਰਨ ਦੀ ਉਹ ਤਾਂ ਕੰਗਣਾ ਨੂੰ ਨਹੀਂ ਨਾ ਪਤਾ ਕਿ ਸਿੱਖ ਜਥੇਬੰਦੀਆਂ ਕਿੱਦਾਂ ਦੇ ਨੇ ਕੀ ਕਿਸਾਨ ਕਿੱਦਾਂ ਦੇ ਅੰਨਦਾਤਾ ਉਹ ਸਿਰਫ ਉਹਦਾ ਵਹਿਮ ਹੈ ਬਟ ਕਿਸਾਨ ਇਹ ਨਹੀਂ ਜਿਹੜੇ ਇਹ ਸਿੱਖ ਨੇ ਕਿਸਾਨ ਅੰਨਦਾਤਾ ਤੇ ਇਹ ਸਿਰਫ ਇਹ ਹਰ ਇੱਕ ਦੀ ਸਪੋਰਟ ਕਰਦੇ ਨੇ ਭਲਾ ਚਾਹੁੰਦੇ ਨੇ ਕਿਉਂਕਿ ਇਹਨਾਂ ਦੇ ਦਿਲ ਸੱਚੇ ਨੇ ਇਸ ਲਈ ਸਭ ਨੂੰ ਆਪਣੇ ਵਰਗਾ ਸਮਝਦੇ ਆ ਪਰ ਇਹ ਸਿਰਫ ਉਹਨਾਂ ਦੀ ਗਲਤਫਹਿਮੀ ਹੈ ਕਿ ਕਿਸਾਨ ਇਦਾਂ ਦੇ ਕੋਈ ਅੰਤਕਵਾਦੀ ਨਹੀਂ ਕੁਝ ਨਹੀਂਗੇ ਸਿਰਫ ਇੱਕ ਅੰਨਦਾਤਾ ਜੋ ਹਰ ਇੱਕ ਦਾ ਪੇਟ ਭਰਦਾ ਹੈ ਕਿਆ ਬਾਤ ਆ ਇਨੀਆਂ ਖੂਬਸੂਰਤ ਗੱਲਾਂ ਇਸ ਅੰਦੋਲਨ ਵਿੱਚ ਲਗਾਤਾਰ ਠੰਡ ਵੀ ਹੈ ਕਾਫੀ ਦਿਨ ਹੋ ਗਿਆ ਪੰਜਾਬ ਦੇ ਵਿੱਚ ਸੀ ਪਹਿਲਾਂ ਹੁਣ ਦਿੱਲੀ ਵਿੱਚ ਆ ਕੇ ਵੀ ਸੇਮ ਗੱਲਾਂ ਨੇ ਕਾਨੂੰਨ ਜੋ ਰੱਦ ਕਰਨ ਦੀ ਗੱਲ ਕਰ ਰਹੇ ਨੇ ਸੇਮ ਇੱਕੋ ਹੀ ਮੰਗ ਆ ਕਿ ਕਾਨੂੰਨ ਰੱਦ ਹੋਣੇ ਹੀ ਚਾਹੀਦੇ ਅਸੀਂ ਕੋਈ ਬਦਲਾਅ ਨਹੀਂ ਚਾਹੁੰਦੇ ਔਰ ਸੁਣਿਆ ਜਾ ਰਿਹਾ ਹੈ ਕਿ ਕਿਸਾਨ ਇਨੇ ਪੜੇ ਲਿਖੇ ਕਿਵੇਂ ਹੋਗੇ ਔਰ ਕਾਫੀ ਵਾਰੀ ਅਸੀਂ ਦੇਖਿਆ ਨੌਜਵਾਨ ਇੱਕ ਪੋਸਟਰ ਲੈ ਕੇ ਖੜੇ ਸੀਗੇ ਟਰੈਕਟਰ ਟੂ ਟਵਿੱਟਰ ਬਿਲਕੁਲ ਕਿਉਂਕਿ ਹੁਣ ਕਿਸਾਨ ਦੇ ਨੌਜਵਾਨ ਜਣੇ ਨੇ ਉਹ ਟਵਿੱਟਰ ਯੂਜ਼ ਕਰਨਾ ਸ਼ੁਰੂ ਕਰ ਗਏ ਨੇ ਔਰ ਕਿਵੇਂ ਦੇਖ ਦਿਓ ਸਭ ਨੂੰ ਦੇਖੋ ਜਿਹੜੀ ਇੱਕ ਐਜੂਕੇਸ਼ਨ ਆ ਉਹ ਹਰ ਇੱਕ ਦਾ ਅਧਿਕਾਰ ਹੈ ਆਈ ਐਮ ਪੋਸਟ ਗ੍ਰੈਜੂਏਟ 1995 ਤੇ ਖੇਤਾਨ ਵੀ ਨੇ ਤੇ ਉਹ ਪੜ੍ਹਾਈ ਦਾ ਅਸੀਂ ਫਾਇਦਾ ਕਿਸਾਨੀ ਚ ਲੈ ਰਹੇ ਹਾਂ ਕਿਉਂਕਿ ਅੱਜ ਜੇ ਸਾਡੇ ਕੋਲ ਨੈਟ ਆ ਤੇ ਅਸੀਂ ਦੇਖ ਸਕਦੇ ਹਾਂ ਕਿ ਖੇਤ ਅੱਜ ਬੀਜਣਾ ਪੈ ਸਕਦਾ ਬੀਜਣਾ ਜਾਂ ਨਹੀਂ ਬੀਜਣਾ ਬਾਰਿਸ਼ ਦਾ ਸਾਨੂੰ ਪਤਾ ਲੱਗ ਜਾਂਦਾ ਕਿਹੜੀ ਫਸਲ ਬੀਜਣੀ ਆ ਕੀ ਨਹੀਂ ਬੀਜਣਾ ਆ ਉਹ ਸਾਨੂੰ ਇਸ ਚੀਜ਼ ਦੀ ਨੌਲੇਜ ਸਾਨੂੰ ਪੜ੍ਹਾਈ ਦੇ ਰਹੀ ਆ ਤੇ ਬਾਕੀ ਜਿਹੜੀਆਂ ਗੱਲਾਂ ਆ ਮੋਦੀ ਜੀ ਨੇ ਇਹ ਆਪਣੇ ਜਿਹੜੇ ਕਾਲੇ ਕਾਨੂੰਨ ਠੋਪਣ ਦੀ ਕੋਸ਼ਿਸ਼ ਕੀਤੀ ਆ ਆਈ ਥਿੰਕ ਵੀ ਉਹ ਨਹੀਂ ਜਾਣਦੇ ਖੇਤੀ ਕਿੰਦਾ ਹੁੰਦੀ ਆ ਇਟਸ ਮੈਟਰ ਆਫ ਗਰਾਊਂਡ ਲੈਵਲ ਸਾਨੂੰ ਗਰਾਊਂਡ ਲੈਵਲ ਤੇ ਜਾ ਕੇ ਦੇਖਣਾ ਹੁਣ ਇੱਕ ਫੈਕਟ ਆ ਵੀ ਆ ਟਾਈਮ ਐਸਲਮ 8 9 ਵਜੇ ਹੋਣੇ ਆ 11 11 ਵਜੇ 12 12 ਵਜੇ ਸਾਨੂੰ ਡਾਂਗ ਲੈ ਕੇ ਛੋਟਾ ਲੈ ਕੇ ਖੇਤਾਂ ਨੂੰ ਜਾਣਾ ਪੈਂਦਾ ਇਸ ਟਾਈਮ ਆਵਾਰਾ ਪਸ਼ੂ ਆ ਕੇ ਸਾਡੀਆਂ ਫਸਲਾਂ ਖਰਾਬ ਕਰਦੇ ਆ ਇੱਕ ਗਹਿੂ ਕਾਣ ਦੇ ਲਈ ਸਾਨੂੰ ਕੀ ਕੀ ਕਰਨਾ ਪੈਂਦਾ ਆ ਉਹ ਉਹਨਾਂ ਨੂੰ ਇਸ ਚੀਜ਼ ਦੀ ਬਿਲਕੁਲ ਨੌਲੇਜ ਨਹੀਂ ਹੈ ਇੱਕ ਬੀਜ ਖਰੀਦਣ ਤੋਂ ਲੈ ਕੇ ਉਹਨੂੰ ਬੀਜਣਾ ਆ ਉਹਨੂੰ ਬੋਹਣਾ ਆ ਉਹਨੂੰ ਪਾਲਣਾ ਆ ਫਸਲ ਨੂੰ ਉਹ ਪਾਲਣ ਤੋਂ ਬਾਅਦ ਵੀ ਸਾਨੂੰ ਉਹਦੀ ਦੇਖੀ ਕਰਨੀ ਪੈਂਦੀ ਆ ਬਾਰਿਸ਼ ਨਾ ਆ ਜਾਏ ਉਹ ਬਾਰਿਸ਼ ਆ ਜਾਂਦੀ ਆ ਤਾਂ ਸਾਡੀ ਫਸਲ ਖਰਾਬ ਹੋ ਜਾਂਦੀ ਆ ਇਹ ਛੋਟੇ ਛੋਟੇ ਜਿਹੜੇ ਕਾਨੂੰਨ ਸਾਡੇ ਤੇ ਥੋਪੇ ਗਏ ਆ ਵੀ ਖੇਤੀ ਉਹਨਾਂ ਦੀ ਮਰਜ਼ੀ ਨਾਲ ਕਰਾਂਗੇ ਕਰਨੀ ਅਸੀਂ ਆ ਤੇ ਇਹ ਜਿਹੜੀਆਂ ਚੀਜ਼ਾਂ ਆ ਇਹ ਸਾਨੂੰ ਸਮਝ ਨਹੀਂ ਆ ਰਹੀਆਂ ਕਿਉਂ ਇਹ ਇਦਾਂ ਦੇ ਕਾਨੂੰਨ ਬਣਾ ਰਹੇ ਨੇ ਤੇ ਜਿਹੜੀ ਇੱਕ ਤੁਸੀਂ ਹੁਣੇ ਕੁਐਸਚਨ ਕੀਤਾ ਸੀ ਭੈਣ ਜੀ ਉਹਨਾਂ ਨੂੰ ਵੀ ਆ ਵੱਖਵਾਦੀ ਜਾਂ ਜੇਵ ਵਾਲੀ ਇੱਕ ਮੈਂ ਅੱਗੇ ਵੀ ਕੁਐਸਚਨ ਪਹਿਲਾਂ ਦੀਆਂ ਗੱਲਾਂ ਜਿਹੜਾ ਵੀ ਕੋਈ ਇਨਸਾਨ ਆਪਣੇ ਹੱਕ ਦੀ ਮੰਗ ਕਰਦਾ ਆ ਜਾਂ ਕੋਈ ਭਾਜਪਾ ਸਰਕਾਰ ਦੇ ਖਿਲਾਫ ਬੋਲਦਾ ਆ ਉਹ ਤੇ ਇੱਕਦਮ ਥੱਪਾ ਲੱਗ ਜਾਂਦਾ ਜੀ ਇਹ ਤੇ ਦੇਸ਼ ਰੋਈਆ ਇਹ ਅਤਵਾਦੀ ਆ ਵਖਵਾਦੀ ਆ ਉਹ ਚਾਹੇ ਸਰਦਾਰ ਆ ਜਾਂ ਚਾਹੇ ਮੁੰਨਾ ਆ ਇਹ ਤਾਂ ਜਸਟ ਇੱਕ ਬਦਨਾਮ ਕਰ ਰਹੇ ਨੇ ਸਾਨੂੰ ਉਹਨਾਂ ਨੇ ਪਕੜੇ ਹੀ ਹੋਇਆ ਇਹ ਭਾਵੇਂ ਕੋਈ ਮੁਸਲਮਾਨ ਵੀ ਬੋਲ ਜੇ ਜਿਹੜਾ ਕੋਈ ਸੱਚ ਦੀ ਆਵਾਜ਼ ਉਠਾਉਂਦਾ ਉਹੀ ਦੇਸਤਰੋਹੀ ਹੈ ਉਸੇ ਨੂੰ ਚੱਕ ਕੇ ਇਹਨਾਂ ਨੇ ਅੰਦਰ ਕਰ ਦੇਣਾ ਬਾਪੂ ਜੀ ਸੁਣਨ ਚ ਆਇਆ ਕਿ ਸਰਕਾਰ ਕਹੀ ਹੈ ਕਿ ਇਹ ਬਜ਼ੁਰਗ ਤੇ ਬੱਚੇ ਉਹਨਾਂ ਨੂੰ ਵਾਪਸ ਭੇਜੋ ਤੰਗ ਹੋ ਰਹੇ ਤੁਸੀਂ ਤੰਗ ਹੋ ਰਹੇ ਹੋ ਨਾ ਜੀ ਨਾ ਅਸੀਂ ਬਿਲਕੁਲ ਵੀ ਤੰਗ ਨਹੀਂ ਅਸੀਂ 4 ਦਿਨ ਹੋ ਗਏ ਆਇਆ ਨੂੰ ਉਹਨੂੰ ਵੀ ਰਹਿਣਾ ਅਸੀਂ ਰਾਤ ਨੂੰ ਠੰਡ ਦੇ ਵਿੱਚ ਵੀ ਹੈਗੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਪ੍ਰਕਾਰ ਦੀ ਅਸੀਂ ਇੱਥਾ ਆਏ ਹੀ ਘਰ ਤੋਂ ਰਹਿਣ ਵਾਸਤੇ ਆ ਅਸੀਂ ਆਪਣਾ ਸੰਘਰਸ਼ ਜਿੱਤ ਕੇ ਜਾਵਾਂਗੇ हां जी हां जी ਹੁਣ ਤੁਸੀਂ ਕੁਐਸਚਨ ਕੀਤਾ ਬਜ਼ੁਰਗ ਵੀ ਬੜੇ ਖੁਸ਼ ਨੇ ਬੜਾ ਅੱਛਾ ਖਾਣਾ ਮਿਲ ਰਿਹਾ ਹੈ ਆ ਬੱਚਾ ਦੇਖੋ ਮੈਨੂੰ ਹਜੇ ਸਾਨੂੰ ਐਡਿਟ ਹੋ ਗਏ ਸਾਨੂੰ ਨਹੀਂ ਆਂਦਾ ਜਿਹਦੇ ਵੀ ਮਾਪੇ ਨੇ ਇਹਨੂੰ ਸਿਖਾਇਆ ਹੈ ਬੱਚੇ ਨੂੰ ਦੇਖਦੇ ਨਹੀਂ ਪਿਆਰ ਨਾਲ ਸੇਵਾ ਕਰ ਰਿਹਾ ਗੁਰੂ ਦਾ ਲੰਗਰ ਚੱਲ ਰਿਹਾ ਔਰ ਮੈਂ ਇਹ ਵੀ ਇੱਕ ਦੱਸਣਾ ਚਾਹਣਾ ਇੱਥੇ ਪਈ ਇਹਦੇ ਵਿੱਚ ਸਾਡੇ ਕੋਲ ਸੇਵਾ ਕਰਨ ਦੇ ਲੋਕਲ ਦਿੱਲੀ ਤੋਂ ਲੇਡੀਜ਼ ਆਈਆਂ ਆ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਸੇਵਾ ਕਰਾਣੀ ਆ ਅਸੀਂ ਇਸ ਚੀਜ਼ ਤੋਂ ਬਹੁਤ ਹਰਾਨ ਆ ਸਾਨੂੰ ਲੱਗਦਾ ਸੀ ਇਹ ਸਾਡੀ ਲੜਾਈ ਆ ਬਟ ਨਹੀਂ ਇਹ ਮੋਦੀ ਜੀ ਇੱਥੇ ਗਲਤ ਨੇ ਇਹ ਲੜਾਈ ਹਰ ਉਸ ਇਨਸਾਨ ਦੀ ਆ ਜਿਹੜਾ ਖਾਣਾ ਖਾਂਦਾ ਇਹ ਲੜਾਈ ਹਰ ਉਸ ਇਨਸਾਨ ਦੀ ਆ ਜੋ ਰੋਟੀ ਖਾਂਦਾ ਆ ਜੋ ਖਾਣਾ ਖਾਂਦਾ ਆ ਔਰ ਮੈਂ ਸਮਝਦਾ ਮੋਦੀ ਜੀ ਵੀ ਰੋਟੀ ਹੀ ਖਾਂਦੇ ਹੋਣਗੇ ਕੋਈ ਇਦਾਂ ਦੀ ਤਾਂ ਚੀਜ਼ ਦੁਨੀਆ ਤੋਂ ਲੱਗ ਨਹੀਂ ਆ ਦੂਸਰੀ ਗੱਲ ਇੱਕ ਮੈਂ ਹੋਰ ਸੁਣਨ ਨੂੰ ਮਿਲੀ ਆ ਇੱਕ ਨਵਾਂ 슬ੋਗਨ ਵੀ ਪੜਨ ਨੂੰ ਮਿਲਿਆ ਬਈ ਖੇਤੀ ਸਾਨੂੰ ਉਹ ਸਖਾ ਰਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਪਈ ਗਊ ਦਾ ਦੁੱਧ ਪੀਣਾ ਹੈ ਜਾਂ ਆਪਾਂ ਮੂਤਰ ਪੀਣਾ ਹੈ ਤੇ ਆਈ ਥਿੰਕ ਉਹ ਡੋਜ਼ਨਟ ਨੋ ਅਬਾਊਟ ਹਾਊ ਦਾ ਐਗਰੀਕਲਚਰ ਇਜ਼ ਗੋਨ ਤੇ ਤੁਹਾਡਾ ਇਹ ਜਿਹੜਾ ਵਿਅੰਗ ਸੀਗਾ ਇਹ ਸ਼ਾਇਦ ਹੀ ਲੋਕਾਂ ਨੂੰ ਸਮਝ ਆ ਗਿਆ ਹੋਗਾ ਕਿਉਂਕਿ ਜਿਹੜੇ ਬਹੁਤ ਸਾਰੇ ਭਗਤ ਨੇ ਉਹਨਾਂ ਦਾ ਇਹੀ ਕਹਿਣਾ ਕਿ ਜੋ ਮੂਤਰਾ ਉਹ ਚੰਗਾ ਹੁੰਦਾ ਹੈ ਜਾਂ ਉਹਨਾਂ ਦਾ ਕਹਿਣਾ ਕਿ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਦੁੱਧ ਪੀਣਾ ਕਿ ਮੂਤ ਪੀਣਾ ਆ ਸਾਰੇ ਜੋ ਕਿਸਾਨ ਨੇ ਸਾਰੇ ਪੜ੍ਹੇ ਲਿਖੇ ਨੇ ਸਾਰੇ ਆਪਣੇ ਲੈਵਲ ਤੇ ਜੋ ਇੱਥੇ ਪ੍ਰੋਟੈਸਟ ਕਰਨ ਆਏ ਨੇ ਪੂਰੀ ਨੌਲੇਜ ਰੱਖ ਕੇ ਹੀ ਆਏ ਨੇ ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਹਿਰਮਿਤ ਸਿੰਘ ਦੈਨਿਕ ਸਵੇਰਾ ਟੀਵੀ ਕੁੰਡਲੀ ਬੋਡਰ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार का ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ